ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿੱਚ ਸਮਾਜ ਭਲਾਈ ਤੇ ਜੰਗਲਾਤ ਮੰਤਰੀ ਮਹਿਕਮੇ ਦੇ ਮੰਤਰੀ ਰਹੇ ਸਾਧੂ ਸਿੰਘ ਧਰਮਸੋਤ ਨੂੰ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤਾ ਗਿਆ। ਖਬਰ ਮੁਤਾਬਕ ਵਿਜੀਲੈਂਸ ਟੀਮ ਨੇ ਧਰਮਸੋਤ ਨੂੰ ਤੜਕੇ ਅਮਲੋਹ ਤੋਂ ਕਰੀਬ 3 ਵਜੇ ਗ੍ਰਿਫਤਾਰ ਕੀਤਾ ਹੈ। ਧਰਮਸੋਤ ਉੱਤੇ ਮੰਤਰੀ ਰਹਿੰਦਿਆਂ ਘੁਟਾਲੇ ਦੇ ਇਲਜ਼ਾਮ ਲੱਗੇ ਸੀ। ਸਾਬਕਾ ਮੰਤਰੀ ਤੋਂ ਇਲਾਵਾ 2 ਹੋਰ ਲੋਕਾਂ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਸਾਧੂ ਸਿੰਘ ਧਰਮਸੋਤ ਮੰਤਰੀ ਰਹਿਣ ਵੇਲੇ 500 ਰੁਪਏ ਪ੍ਰਤੀ ਦਰਖਤ ਕੱਟਣ ਵਜੋਂ ਲੈਂਦੇ ਰਹੇ ਨੇ। ਸਾਧੂ ਸਿੰਘ ਧਰਮਸੋਤ ਦੇ ਪਰਿਵਾਰ ਜਾਂ ਵਕੀਲ ਵੱਲੋਂ ਹਾਲੇ ਤੱਕ ਇਸ ਮਾਮਲੇ 'ਤੇ ਕੋਈ ਪ੍ਰਤੀਕਰਮ ਨਹੀਂ ਆਇਆ। ਇਹ ਜੋ ਤਸਵੀਰਾਂ ਤੁਸੀਂ ਆਪਣੀ ਸਕਰੀਨ 'ਤੇ ਦੇਖ ਰਹੇ ਹੋ ਧਰਮਸੋਤ ਦੀ ਅਮਲੋਹ ਦੇ ਘਰ ਦੀਆਂ ਨੇ, ਜਿੱਥੋਂ ਧਰਮਸੋਤ ਨੂੰ ਗ੍ਰਿਫਤਾਰ ਕੀਤਾ ਗਿਆ। ਫਿਰ ਇਨਵੈਸਟੀਗੇਸ਼ਨ ਤੋਂ ਅੱਗੇ ਫਿਰ ਗੱਲ ਆਈ ਕਿ ਜਿਹੜਾ ਉਹਨਾਂ ਨੇ ਦੱਸਿਆ ਕਿ ਬੜਾ ਔਰਗਨਾਈਜ਼ ਤਰੀਕੇ ਨਾਲ ਉੱਥੇ ਫੋਰੈਸਟ ਜਿਹੜਾ ਮਹਿਕਮਾ ਅਤੇ ਜਿਹੜੇ ਪੁਰਾਣੇ ਰਹੇ ਮੰਤਰੀ ਉਹ ਕਰਪਸ਼ਨ ਕਰਦੇ ਸੀ, ਪੈਸੇ ਲੈਂਦੇ ਸੀ। ਜਿਸ ਤਰ੍ਹਾਂ ਇੱਕ ਖੈਰ ਦਾ ਇੱਕ ਵਰਿਕਸ਼ ਹੁੰਦਾ ਪੂਰੀ ਕਟਾਈ ਕਰੀ, ਜੋ ਉਹਨਾਂ ਨੇ ਦੱਸਿਆ ਕਿ 500 ਰੁਪਇਆ ਪਰ ਜਿਹੜਾ ਵਰਿਕਸ਼ਾ ਉਹ ਕਮਿਸ਼ਨ ਜਾਂਦੀ ਸੀ। ਇਸ ਤਰ੍ਹਾਂ ਉਹਨਾਂ ਨੇ ਜਾਂ ਕੋਈ ਕਰੋੜ 1.25 ਕਰੋੜ ਕਮਿਸ਼ਨ ਜਿਹੜੀ ਆ ਓਵਰ ਦਾ ਟਾਈਮ 25 ਪਰਮਿਟ ਉਹਨਾਂ ਨੂੰ ਜਿਹੜੇ ਮਿਲੇ ਆ ਉਹ ਗਈ ਆ ਉੱਤੇ ਤੱਕ। ਦੂਜਾ ਉਹਨਾਂ ਨੇ ਹੋਰ ਵੀ ਬੜੇ ਰਿਵੀਲਿੰਗ ਫੈਕਟਸ ਦੱਸੇ ਕਿ ਕਿਸ ਤਰ੍ਹਾਂ ਜਿਹੜੀਆਂ ਬਦਲੀਆਂ ਟਰਾਂਸਫਰਸ ਪੋਸਟਿੰਗਸ ਜਿਹੜੀ ਮਹਿਕਮੇ ਦੀ ਹੈ ਉਹਦੇ 'ਚ ਵੀ ਇਹ ਪੈਸੇ ਲੈਂਦੇ ਸੀ। ਅਤੇ ਹੋਰ ਵੀ ਕੋਈ ਵੀ ਪਰਚੇਸ ਕਰਨੀ ਹੈ, ਸਟਰੀ ਗਾਰਡ ਹੈ, ਫੈਂਸਿੰਗ ਹੈ, ਕੋਈ NOCs ਲੈਣੀਆਂ, ਇਹ ਸਾਰੇ ਮਤਲਬ ਕਿ ਹਰ ਚੀਜ਼ ਦਾ ਉਹ ਪੈਸਾ ਲੈਂਦੇ ਸੀ। ਅਤੇ ਪਲੱਸ ਕੁਛ ਉਹਨਾਂ ਨੇ ਆਪਣੇ ਬੰਦੇ ਰੱਖੇ ਹੋਏ ਸੀ ਖਾਸ ਜਿਹੜੇ ਡਾਇਰੈਕਟ ਉਹ ਪੈਸੇ ਜਾਂਦੇ ਸੀ। ਸੋ ਉਸ ਬੇਸ 'ਤੇ ਫਿਰ ਅਸੀਂ ਜਿਹੜੀ ਹੈ ਕੇਸ ਰਜਿਸਟਰ ਕਰਕੇ ਕੱਲ੍ਹ ਜਿਹੜੀ ਹੈ ਗ੍ਰਿਫਤਾਰੀ ਕੀਤੀ ਰਾਤ ਨੂੰ। ਸਾਧੂ ਸਿੰਘ ਧਰਮਸੋਤ ਦੇ ਨਾਲ ਹੋਰ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਹਾਂ, ਇੱਕ ਕਮਲਜੀਤ ਸਿੰਘ ਹੈ ਅਤੇ ਚਮਕੌਰ ਸਿੰਘ ਹੈ, ਸਾਬਕਾ ਮਹਿਕਮੇ ਦਾ ਹੀ ਫੋਰੈਸਟ ਦਾ। ਸੋ ਜੋ ਗੱਲਬਾਤ ਆਈ ਸੀ ਕਿ ਇਹਨਾਂ ਦੇ ਥਰੂ ਪੈਸੇ ਜਿਹੜੇ ਜਾਂਦੇ ਸੀ ਨਾਲ ਹੀ ਗ੍ਰਿਫਤਾਰ ਕਿਹਾ ਜਾ ਰਿਹਾ ਕਿ 25,000 ਦਰਖਤ ਜਿਹੜੇ ਉਹ ਕੱਟ ਦਿੱਤੇ ਸੀ, 500 ਰੁਪਏ ਇੱਕ ਦਰਖਤ 'ਤੇ ਲੈ ਰਹੇ ਸੀ। ਦੇਖੋ, ਲੈਂਦੇ ਤਾਂ ਇਹ ਜੈਨੂਇਨ ਪਰਮਿਟ ਇਸ਼ੂ ਜਿਹੜਾ ਕਰਦੇ ਸੀ ਫੋਰੈਸਟ ਪਾਸ ਨੂੰ ਉਹ ਲੈਂਦੇ ਸੀ, ਬਟ ਜਿਹੜਾ ਪਰਮਿਟ ਦਾ ਵੀ ਸੀ ਉਹਦੇ 'ਚੋਂ ਵੀ ਉਹਨਾਂ ਨੇ ਇੱਕ ਪਰ ਟਰੀ ਦਾ ਇੱਕ ਹਿੱਸਾ ਜਿਹੜਾ ਜਾਂਦਾ ਸੀ, ਕੁਛ ਆਪਸ਼ਨਸ ਨੂੰ ਜਾਂਦਾ ਸੀ, ਕੁਛ ਜਿਹੜਾ ਉੱਪਰ ਜਾਂਦਾ ਸੀ। ਹੁਣ ਰਿਮਾਂਡ 'ਤੇ ਭੇਜਿਆ ਜਾ ਰਿਹਾ, ਅੱਜ ਇਹਨਾਂ ਨੂੰ ਪੇਸ਼ ਕਰਕੇ ਫਿਰ ਰਿਮਾਂਡ ਲਵਾਂਗੇ ਉਹਨਾਂ ਦਾ। ਫਿਰ ਸਾਰਾ ਜਿਹੜਾ ਵੀ ਹੈ ਟੋਟਲ ਸਕੈਮ ਹੋਇਆ ਵਾ ਇੰਨੇ ਸਾਲਾਂ 'ਚ ਉਹਦਾ ਬਾਅਦ ਅਸੀਂ ਤੱਥ ਕੱਢਾਂਗੇ। ਇੱਕ ਡਾਇਰੀ ਵੀ ਮਿਲੀ ਹੈ ਜਿਹੜੀ ਠੇਕੇਦਾਰ ਨੇ ਜਿਹੜੀ, ਅਤੇ ਉਹ 'ਚ ਕਾਫੀ ਫੈਕਟਸ ਲਿਖੇ ਹੋਏ ਕਿ ਕਿਵੇਂ ਕਿਸ ਤਰ੍ਹਾਂ ਪੈਸਾ ਜਾਂਦਾ ਸੀ। ਸਰ, ਇਸ ਦੇ ਵਿੱਚ ਸਾਧੂ ਸਿੰਘ ਧਰਮਸੋਤ ਦਾ ਕੀ ਐਗਜੈਕਟ ਰੋਲ ਜਿਹੜਾ ਸਾਹਮਣੇ ਆਇਆ ਸਾਰੇ? ਦੇਖੋ ਜੀ, ਪੈਸੇ ਉਹਨਾਂ ਦੇ ਬੰਦੇ ਸੀ, ਉਹਨਾਂ ਦੇ ਕੋਲ ਜਾਂਦੇ ਸੀ ਜੋ ਉਹਨਾਂ ਨੇ ਡਿਸਕਲੋਜ਼ ਕੀਤਾ, ਬਾਕੀ ਹੋਰ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ। ਹੁਣ ਕਬੂਲ ਕੀਤਾ ਕਿਸੇ ਨੇ ਜੁਰਮ ਕਬੂਲ ਕੀਤਾ, ਪਹਿਲਾਂ ਠੇਕੇਦਾਰ ਔਰ DFO ਨੇ ਇਹ ਦੱਸਿਆ ਸੀ ਸਾਧੂ ਸਿੰਘ ਬਾਰੇ? ਉਹਨਾਂ ਦੀ ਗੱਲ ਕਰ ਆਈ ਸੀ ਸਰ। ਤੁਹਾਡੀ ਇੱਕ ਟੀਮ ਵੀ ਉੱਥੇ ਗਈ ਹੈ? ਹੁਣ ਡਿਟੇਲ 'ਚ ਫਿਰ ਸਰਚ ਵਗੈਰਾ ਕਰ ਰਹੇ ਹਾਂ ਕਿੰਨਾਂ ਦੇ ਜਿੱਥੋਂ ਉਹਨਾਂ ਨੂੰ ਕਰਨੀਆਂ ਅਤੇ ਹੋਰ ਡਾਕੂਮੈਂਟ। ਸਾਧੂ ਸਿੰਘ ਨੇ ਕੁਛ ਕਬੂਲ ਕੀਤਾ? ਹਾਲੇ ਜਦ ਪੁੱਛਗਿੱਛ ਇਹਨਾਂ ਦੀ ਸ਼ੁਰੂ ਹੋਵੇਗੀ। ਅਤੇ FIR ਕਿਹੜੇ ਸੈਕਸ਼ਨ? PC Act ਕਰਪਸ਼ਨ। ਠੀਕ ਹੈ, ਥੈਂਕ ਯੂ।